ਮੈਂ ਨਹੀਂ ਇਹ ਗੱਲ ਕਹਿ ਸਕਦਾ, ਪਰ ਕੱਲ ਨੋਟਿਸ ਮੈਨੂੰ ਵੀ ਆ ਚੁੱਕਿਆ। ਨੋਟਿਸ ਆ ਗਿਆ? ਹਾਂਜੀ ਨੋਟਿਸ ਆ ਚੁੱਕਿਆ। ਪਰ ਮੈਂ ਇਨਕਮ ਟੈਕਸ ਸੈਂਟਰ ਤੋਂ ਨੋਟਿਸ ਆਇਆ। ਹਾਂਜੀ ਮੈਂ ਆਪਣੇ ਭਰਾ ਨੂੰ ਕਹਿ ਕੇ ਆਇਆ, ਮੈਂ ਕਿਹਾ ਬੇਬੇ ਦਾ ਧਿਆਨ ਰੱਖੀ, ਹੋ ਸਕਦਾ ਇੱਥੇ ਸ਼ਹੀਦੀ ਵੀ ਦੇਣੀ ਪੈ ਜਾਵੇ, ਕਿਹੜੀ ਵੱਡੀ ਗੱਲ ਹੈ। ਮੇਰੇ ਲਈ ਇਹ ਤੀਰਥ ਹੈ ਕਿਉਂਕਿ ਹੱਕ ਸੱਚ ਦੀ ਲੜਾਈ ਹੈ, ਇਨਸਾਨੀਅਤ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਹੈ। ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਸਿੰਘੂ ਵਰਗੀ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਹੈ, ਲੇਕਿਨ ਇੱਕ ਚੀਜ਼ ਦੀ ਸਭ ਤੋਂ ਜ਼ਿਆਦਾ ਜਿਹੜੀ ਕਮੀ ਇੱਥੇ ਕਿਸਾਨਾਂ ਨੂੰ ਖਲ ਰਹੀ ਹੈ ਉਹ ਹੈ ਇੱਥੇ ਪੰਜਾਬੀ ਗਾਇਕ ਨਹੀਂ ਪਹੁੰਚ ਰਹੇ। ਪਿਛਲੀ ਵਾਰ ਬੱਬੂ ਮਾਨ ਤੋਂ ਲੈ ਕੇ ਜੈਜ਼ੀਬੀ, ਜੈਜ਼ੀਬੀ ਤੋਂ ਲੈ ਕੇ ਦਿਲਜੀਤ ਦੁਸਾਂਝ ਤੱਕ ਸਾਰੇ ਪੰਜਾਬੀ ਗਾਇਕ ਜਿਹੜੇ ਨੇ ਉਹ ਹਿਮਾਇਤ ਦੇ ਰਹੇ ਸੀਗੇ, ਲੇਕਿਨ ਇਸ ਵਾਰ ਸਾਰੇ ਖਾਮੋਸ਼ ਬੈਠੇ ਹੋਏ ਨਜ਼ਰ ਆ ਰਹੇ ਨੇ, ਜਾਂ ਚੁੱਪ ਬੈਠੇ ਹੋਏ ਨਜ਼ਰ ਆ ਰਹੇ ਨੇ, ਜਾਂ ਇਸ ਅੰਦੋਲਨ ਤੋਂ ਜਿਹੜਾ ਵੈ ਪਾਸਾ ਕਰਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਇੱਕ ਗਾਇਕ ਜਿਹੜਾ ਵੈ ਉਹ ਪਹਿਲੇ ਦਿਨ ਤੋਂ ਇੱਥੇ ਡਟ ਕੇ ਖੜਾ ਵੈ ਔਰ ਕਹਿ ਰਿਹਾ ਕਿ ਮੈਨੂੰ ਨਹੀਂ ਪਰਵਾਹ ਕਿ ਮੇਰਾ ਭਵਿੱਖ ਕਿਵੇਂ ਦਾ ਹੋਏਗਾ, ਮੈਂ ਕਿਸਾਨਾਂ ਨੂੰ ਪੂਰੀ ਹਿਮਾਇਤ ਦਿੰਦਾ। ਰੇਸ਼ਮ ਅਨਮੋਲ ਹੋਰੀ, ਰੇਸ਼ਮ ਪੰਜਾਬੀ ਗਾਇਕ ਬਾਕੀ ਕਿੱਥੇ ਨੇ? ਮੈਂ ਤਾਂ ਰਿਕੁਐਸਟ ਹੀ ਕਰ ਸਕਦਾ ਸਾਰਿਆਂ ਨੂੰ ਹੱਥ ਜੋੜ ਕੇ, ਮੈਨੂੰ ਉਮੀਦ ਹੈ ਆਉਣਗੇ, ਕਾਫੀ ਹੈਗੇ ਆਰਟਿਸਟ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਹਜੇ, ਮੈਨੂੰ ਉਮੀਦ ਹੈ ਜ਼ਰੂਰ ਪਹੁੰਚਣਗੇ। ਅਤੇ ਗੁਜ਼ਾਰਿਸ਼ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਇਨਸਾਨੀਅਤ ਨੂੰ, ਪੰਜਾਬ ਨੂੰ, ਇਕੱਲੇ ਹਿੰਦੁਸਤਾਨ ਨਹੀਂ ਪੂਰੇ ਵਰਲਡ ਦਾ ਜਿਹੜਾ ਕਿਸਾਨ ਹੈ ਉਹਨੂੰ MSP ਦੀ ਲੋੜ ਹੈ, ਉਹਨੂੰ ਸਵਾਮੀਨਾਥਨ ਰਿਪੋਰਟ ਦੀ ਲੋੜ ਹੈ। ਪਿਛਲੀ ਵਾਰ ਬੱਬੂ ਮਾਨ ਨੇ ਕਈ ਦਿਨ ਇੱਥੇ ਰਹੇ, ਜੈਜ਼ੀਬੀ ਵਿਦੇਸ਼ ਤੋਂ ਆ ਗਏ, ਦਲਜੀਤ ਆ ਗਏ, ਲੇਕਿਨ ਕੇਂਦਰ ਦੀ ਵਜ੍ਹਾ ਕਰਕੇ ਡਰ ਗਏ ਨੇ ਜਾਂ ਉਹਨਾਂ ਨੂੰ ਲੱਗਦਾ ਨੁਕਸਾਨ ਹੋਏਗਾ? ਰਣਜੀਤ ਬਾਵਾ ਜਾਂ ਕਈ ਐਕਟਰਾਂ ਦੇ ਜਿਹੜੇ ਕਵਰ ਗਰੇਵਾਲ ਹੋ ਰਹੀ ਨੇ, ਉਹਨਾਂ ਦੇ ਸੈਂਟਰ ਦੀਆਂ ਏਜੰਸੀਆਂ ਨੇ ਰੇਡ ਮਾਰੀ ਸੀ, ਇਸ ਕਰਕੇ ਡਰ ਗਏ ਨੇ? ਮੈਂ ਨਹੀਂ ਇਹ ਗੱਲ ਕਹਿ ਸਕਦਾ, ਪਰ ਕੱਲ ਨੋਟਿਸ ਮੈਨੂੰ ਵੀ ਆ ਚੁੱਕਿਆ। ਨੋਟਿਸ ਆ ਗਿਆ? ਹਾਂਜੀ ਨੋਟਿਸ ਆ ਚੁੱਕਿਆ। ਪਰ ਮੈਂ ਇਨਕਮ ਟੈਕਸ ਸੈਂਟਰ ਤੋਂ ਨੋਟਿਸ ਆਇਆ। ਹਾਂਜੀ ਮੈਂ ਆਪਣੇ ਭਰਾ ਨੂੰ ਕਹਿ ਕੇ ਆਇਆ, ਮੈਂ ਕਿਹਾ ਬੇਬੇ ਦਾ ਧਿਆਨ ਰੱਖੀ, ਹੋ ਸਕਦਾ ਇੱਥੇ ਸ਼ਹੀਦੀ ਵੀ ਦੇਣੀ ਪੈ ਜਾਵੇ, ਕਿਹੜੀ ਵੱਡੀ ਗੱਲ ਹੈ। ਇਨਕਮ ਟੈਕਸ ਦੇ ਨੋਟਿਸ 'ਚ ਕੀ ਆਇਆ, ਕੀ ਕਿਉਂ ਨੋਟਿਸ ਆਇਆ, ਕੀ ਵਜ੍ਹਾ ਦੱਸੀ? ਉਹਦੇ 'ਚ ਪੁੱਛਿਆ ਗਿਆ ਵੀ ਇੱਦਾਂ ਇੱਦਾਂ ਤੁਹਾਡੇ ਕੋਲ ਪੈਸਿਆਂ ਦਾ ਹਿਸਾਬ ਕਿਤਾਬ ਦਿਓ, ਇੱਦਾਂ ਦਾ ਕੁਛ ਹੈ? ਪੈਸੇ ਦਾ ਹਿਸਾਬ ਕਿਤਾਬ ਸੀਗਾ ਤੁਹਾਡੇ ਕੋਲ, ਹੈ ਪੂਰਾ ਜਾਂ ਈਮੇਲ ਤੇ ਹੈ? ਪੈਸੇ ਦਾ ਹਿਸਾਬ ਕਿਤਾਬ ਪੂਰਾ ਹੈ, ਤੁਸੀਂ ਦੱਸ ਸਕਦੇ ਹੋ ਡਾਕੂਮੈਂਟ? ਬਿਲਕੁਲ ਦੱਸ ਸਕਦੇ ਹਾਂ ਜੀ, ਸਾਡੇ ਕਿਹੜਾ 2 ਨੰਬਰ ਦੇ ਧੰਦੇ ਚੱਲਦੇ ਆ, ਆਪਾਂ ਤਾਂ ਖੇਤੀਬਾੜੀ ਕਰਦੇ ਹਾਂ, ਇਹ ਆਪਣਾ ਵਿਆਹਾਂ ਦੇ ਪ੍ਰੋਗਰਾਮ ਲਾਉਂਦੇ ਹਾਂ, ਸਾਰਾ ਹੈਗਾ ਸਾਡੇ ਕੋਲ, ਟੈਕਸ ਵੀ ਭਰਦੇ ਹਾਂ। ਤੇ ਹੁਣ ਤੁਸੀਂ ਇੱਥੇ ਰਹੋਗੇ, ਮੈਨੂੰ ਲੱਗਦਾ ਤਿਆਰ ਤਿਆਰ ਹੋ ਗਏ ਕਿਸੇ ਵਿਆਹ ਤੋਂ ਸਿੱਧਾ ਆ ਰਹੇ ਜਾਂ ਕਿਤੇ? ਨਹੀਂ ਨਹੀਂ, ਮੈਂ ਵਿਆਹ ਦਾ ਪ੍ਰੋਗਰਾਮ ਲਾਣ ਚੱਲਿਆ। ਹਾਂ, ਮੇਰੇ ਲਈ ਇਹ ਤੀਰਥ ਹੈ, ਜਦੋਂ ਪਹਿਲੇ ਦਿਨ ਬੈਰੀਕੇਡ ਲਾਏ ਸੀ ਮੈਂ ਮੱਥਾ ਟੇਕ ਕੇ ਗਿਆ ਇੱਥੇ, ਮੇਰੇ ਲਈ ਇਹ ਤੀਰਥ ਹੈ ਕਿਉਂਕਿ ਹੱਕ ਸੱਚ ਦੀ ਲੜਾਈ ਹੈ, ਇਨਸਾਨੀਅਤ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਹੈ। ਡਰ ਹੋ ਗਏ ਤਾਂ ਨਹੀਂ ਜਿਵੇਂ ਬਾਕੀ ਗਾਇਕ ਡਰ ਗਏ ਜਾਂ ਅੱਗੇ ਨਹੀਂ ਆ ਰਹੇ? ਨਹੀਂ, ਮੈਂ ਤਾਂ ਚੌਥਾ ਦਿਨ ਆ ਲਗਾਤਾਰ, ਮੈਂ ਤੁਹਾਨੂੰ ਦੱਸਿਆ ਨਹੀਂ, ਮੈਨੂੰ ਨਹੀਂ ਲੱਗਦਾ ਉਹ ਵੀ ਡਰਿਆ, ਮੈਨੂੰ ਉਮੀਦ ਹੈ ਉਹ ਆਉਣਗੇ। ਮੈਂ ਨਹੀਂ ਇਹ ਗੱਲ ਕਹਿ ਸਕਦਾ, ਪਰ ਕੱਲ ਨੋਟਿਸ ਮੈਨੂੰ ਵੀ ਆ ਚੁੱਕਿਆ। ਨੋਟਿਸ ਆ ਗਿਆ? ਹਾਂਜੀ ਨੋਟਿਸ ਆ ਚੁੱਕਿਆ। ਪਰ ਮੈਂ ਇਨਕਮ ਟੈਕਸ ਸੈਂਟਰ ਤੋਂ ਨੋਟਿਸ ਆਇਆ। ਹਾਂਜੀ ਮੈਂ ਆਪਣੇ ਭਰਾ ਨੂੰ ਕਹਿ ਕੇ ਆਇਆ, ਮੈਂ ਕਿਹਾ ਬੇਬੇ ਦਾ ਧਿਆਨ ਰੱਖੀ, ਹੋ ਸਕਦਾ ਇੱਥੇ ਸ਼ਹੀਦੀ ਵੀ ਦੇਣੀ ਪੈ ਜਾਵੇ, ਕਿਹੜੀ ਵੱਡੀ ਗੱਲ ਹੈ। ਮੇਰੇ ਲਈ ਇਹ ਤੀਰਥ ਹੈ ਕਿਉਂਕਿ ਹੱਕ ਸੱਚ ਦੀ ਲੜਾਈ ਹੈ, ਇਨਸਾਨੀਅਤ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਹੈ। ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਸਿੰਘੂ ਵਰਗੀ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਹੈ, ਲੇਕਿਨ ਇੱਕ ਚੀਜ਼ ਦੀ ਸਭ ਤੋਂ ਜ਼ਿਆਦਾ ਜਿਹੜੀ ਕਮੀ ਇੱਥੇ ਕਿਸਾਨਾਂ ਨੂੰ ਖਲ ਰਹੀ ਹੈ ਉਹ ਹੈ ਇੱਥੇ ਪੰਜਾਬੀ ਗਾਇਕ ਨਹੀਂ ਪਹੁੰਚ ਰਹੇ। ਪਿਛਲੀ ਵਾਰ ਬੱਬੂ ਮਾਨ ਤੋਂ ਲੈ ਕੇ ਜੈਜ਼ੀਬੀ, ਜੈਜ਼ੀਬੀ ਤੋਂ ਲੈ ਕੇ ਦਿਲਜੀਤ ਦੁਸਾਂਝ ਤੱਕ ਸਾਰੇ ਪੰਜਾਬੀ ਗਾਇਕ ਜਿਹੜੇ ਨੇ ਉਹ ਹਿਮਾਇਤ ਦੇ ਰਹੇ ਸੀਗੇ, ਲੇਕਿਨ ਇਸ ਵਾਰ ਸਾਰੇ ਖਾਮੋਸ਼ ਬੈਠੇ ਹੋਏ ਨਜ਼ਰ ਆ ਰਹੇ ਨੇ, ਜਾਂ ਚੁੱਪ ਬੈਠੇ ਹੋਏ ਨਜ਼ਰ ਆ ਰਹੇ ਨੇ, ਜਾਂ ਇਸ ਅੰਦੋਲਨ ਤੋਂ ਜਿਹੜਾ ਵੈ ਪਾਸਾ ਕਰਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਇੱਕ ਗਾਇਕ ਜਿਹੜਾ ਵੈ ਉਹ ਪਹਿਲੇ ਦਿਨ ਤੋਂ ਇੱਥੇ ਡਟ ਕੇ ਖੜਾ ਵੈ ਔਰ ਕਹਿ ਰਿਹਾ ਕਿ ਮੈਨੂੰ ਨਹੀਂ ਪਰਵਾਹ ਕਿ ਮੇਰਾ ਭਵਿੱਖ ਕਿਵੇਂ ਦਾ ਹੋਏਗਾ, ਮੈਂ ਕਿਸਾਨਾਂ ਨੂੰ ਪੂਰੀ ਹਿਮਾਇਤ ਦਿੰਦਾ। ਰੇਸ਼ਮ ਅਨਮੋਲ ਹੋਰੀ, ਰੇਸ਼ਮ ਪੰਜਾਬੀ ਗਾਇਕ ਬਾਕੀ ਕਿੱਥੇ ਨੇ?
ਮੈਂ ਤਾਂ ਰਿਕੁਐਸਟ ਹੀ ਕਰ ਸਕਦਾ ਸਾਰਿਆਂ ਨੂੰ ਹੱਥ ਜੋੜ ਕੇ, ਮੈਨੂੰ ਉਮੀਦ ਹੈ ਆਉਣਗੇ ਕਾਫੀ ਹੈਗੇ ਆਰਟਿਸਟ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਹਜੇ, ਮੈਨੂੰ ਉਮੀਦ ਹੈ ਜ਼ਰੂਰ ਪਹੁੰਚਣਗੇ। ਅਤੇ ਗੁਜ਼ਾਰਿਸ਼ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਇਨਸਾਨੀਅਤ ਨੂੰ, ਪੰਜਾਬ ਨੂੰ, ਇਕੱਲੇ ਹਿੰਦੁਸਤਾਨ ਨਹੀਂ ਪੂਰੇ ਵਰਲਡ ਦਾ ਜਿਹੜਾ ਕਿਸਾਨ ਹੈ ਉਹਨੂੰ MSP ਦੀ ਲੋੜ ਹੈ, ਉਹਨੂੰ ਸਵਾਮੀਨਾਥਨ ਰਿਪੋਰਟ ਦੀ ਲੋੜ ਹੈ। ਪਿਛਲੀ ਵਾਰ ਬੱਬੂ ਮਾਨ ਨੇ ਕਈ ਦਿਨ ਇੱਥੇ ਰਹੇ, ਜੈਜ਼ੀ ਵੀ ਵਿਦੇਸ਼ ਤੋਂ ਆ ਗਏ, ਦਿਲਜੀਤ ਆ ਗਏ, ਲੇਕਿਨ ਕੇਂਦਰ ਦੀ ਵਜ੍ਹਾ ਕਰਕੇ ਡਰ ਗਏ ਨੇ ਜਾਂ ਉਹਨਾਂ ਨੂੰ ਲੱਗਦਾ ਨੁਕਸਾਨ ਹੋਏਗਾ? ਰਣਜੀਤ ਬਾਵਾ ਜਾਂ ਕਈ ਐਕਟਰਾਂ ਦੇ ਜਿਹੜੇ ਕਵਰ ਗਰੇਵਾਲ ਹੋ ਰਹੀ ਨੇ, ਉਹਨਾਂ ਦੇ ਸੈਂਟਰ ਦੀਆਂ ਏਜੰਸੀਆਂ ਨੇ ਰੇਡ ਮਾਰੀ ਸੀ, ਇਸ ਕਰਕੇ ਡਰ ਗਏ ਨੇ? ਮੈਂ ਨਹੀਂ ਇਹ ਗੱਲ ਕਹਿ ਸਕਦਾ, ਪਰ ਕੱਲ ਨੋਟਿਸ ਮੈਨੂੰ ਵੀ ਆ ਚੁੱਕਿਆ। ਨੋਟਿਸ ਆ ਗਿਆ? ਹਾਂਜੀ ਨੋਟਿਸ ਆ ਚੁੱਕਿਆ, ਪਰ ਮੈਂ ਇਨਕਮ ਟੈਕਸ ਸੈਂਟਰ ਤੋਂ ਨੋਟਿਸ ਆਇਆ। ਹਾਂਜੀ, ਮੈਂ ਆਪਣੇ ਭਰਾ ਨੂੰ ਕਹਿ ਕੇ ਆਇਆ, ਮੈਂ ਕਿਹਾ ਬੇਬੇ ਦਾ ਧਿਆਨ ਰੱਖੀ, ਹੋ ਸਕਦਾ ਹੈ ਇੱਥੇ ਸ਼ਹੀਦੀ ਵੀ ਦੇਣੀ ਪੈ ਜੇ, ਕਿਹੜੀ ਵੱਡੀ ਗੱਲ ਹੈ। ਇਨਕਮ ਟੈਕਸ ਦੇ ਨੋਟਿਸ 'ਚ ਕੀ ਆਇਆ, ਕੀ ਕਿਉਂ ਨੋਟਿਸ ਆਇਆ, ਕੀ ਵਜ੍ਹਾ ਦੱਸੀ? ਉਹਦੇ 'ਚ ਪੁੱਛਿਆ ਗਿਆ ਵੀ ਇੱਦਾਂ ਇੱਦਾਂ ਤੁਹਾਡੇ ਕੋਲ ਪੈਸਿਆਂ ਦਾ ਹਿਸਾਬ ਕਿਤਾਬ ਦਿਓ, ਇੱਦਾਂ ਦਾ ਕੁਛ ਹੈ। ਪੈਸੇ ਦਾ ਹਿਸਾਬ ਕਿਤਾਬ ਸੀਗਾ ਤੁਹਾਡੇ ਕੋਲ, ਹੈ ਪੂਰਾ ਜਾਂ ਈਮੇਲ 'ਤੇ ਹੈ? ਪੈਸੇ ਦਾ ਹਿਸਾਬ ਕਿਤਾਬ ਪੂਰਾ ਹੈ, ਤੁਸੀਂ ਦੱਸ ਸਕਦੇ ਹੋ ਡਾਕੂਮੈਂਟ? ਬਿਲਕੁਲ ਦੱਸ ਸਕਦੇ ਹਾਂ ਜੀ, ਸਾਡੇ ਕਿਹੜਾ 2 ਨੰਬਰ ਦੇ ਧੰਦੇ ਚੱਲਦੇ ਆ, ਆਪਾਂ ਤਾਂ ਖੇਤੀਬਾੜੀ ਕਰਦੇ ਹਾਂ, ਇਹ ਆਪਣਾ ਵਿਆਹਾਂ ਦੇ ਪ੍ਰੋਗਰਾਮ ਲਾਉਂਦੇ ਹਾਂ, ਸਾਰਾ ਹੈਗਾ ਸਾਡੇ ਕੋਲ, ਟੈਕਸ ਵੀ ਭਰਦੇ ਹਾਂ। ਅਤੇ ਹੁਣ ਤੁਸੀਂ ਇੱਥੇ ਰਹੋਗੇ, ਮੈਨੂੰ ਲੱਗਦਾ ਤਿਆਰ ਤਿਉਰ ਹੋ ਗਏ ਕਿਸੇ ਵਿਆਹ ਤੋਂ ਸਿੱਧਾ ਆ ਰਹੇ ਜਾਂ ਕਿਤੇ? ਨਹੀਂ ਨਹੀਂ, ਮੈਂ ਵਿਆਹ ਦਾ ਪ੍ਰੋਗਰਾਮ ਲਾਉਣ ਚੱਲਿਆ। ਹਾਂ, ਮੇਰੇ ਲਈ ਇਹ ਤੀਰਥ ਹੈ, ਜਦੋਂ ਪਹਿਲੇ ਦਿਨ ਬੈਰੀਕੇਡ ਲਾਏ ਸੀ ਮੈਂ ਮੱਥਾ ਟੇਕ ਕੇ ਗਿਆ ਇੱਥੇ, ਮੇਰੇ ਲਈ ਇਹ ਤੀਰਥ ਹੈ ਕਿਉਂਕਿ ਹੱਕ ਸੱਚ ਦੀ ਲੜਾਈ ਹੈ, ਇਨਸਾਨੀਅਤ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਹੈ। ਡਰ ਹੋ ਗਏ ਤਾਂ ਨਹੀਂ ਜਿਵੇਂ ਬਾਕੀ ਗਾਇਕ ਡਰ ਗਏ ਜਾਂ ਅੱਗੇ ਨਹੀਂ ਆ ਰਹੇ? ਨਹੀਂ, ਮੈਂ ਤਾਂ ਚੌਥਾ ਦਿਨ ਆ ਲਗਾਤਾਰ, ਮੈਂ ਤੁਹਾਨੂੰ ਦੱਸਿਆ ਨਹੀਂ, ਮੈਨੂੰ ਨਹੀਂ ਲੱਗਦਾ ਉਹ ਵੀ ਡਰਿਆ, ਮੈਨੂੰ ਉਮੀਦ ਹੈ ਉਹ ਆਉਣਗੇ।